ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੰਦਰ 1170 ਤੋਂ ਲੈ ਕੇ 1675 ਤੱਕ ਦਾ ਰੋਹਾਨੀਅਤ ਦਾ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਦਾ ਇੱਕ ਬਹੁਤ ਵੱਡਾ ਕਾਰਨ ਸੀ ਗੁਰਬਾਣੀ ਵਿੱਚ ਹੋ ਰਹੀ ਮਿਲਾਵਟ ਉਸ ਸਮੇਂ ਕੱਚੀ ਬਾਣੀ ਬੜੀ ਰਚੀ ਜਾ ਰਹੀ ਸੀ ਗੁਰੂ ਸਹਿਬਾਨਾਂ ਦੇ ਨਾਂ ਹੇਠ ਤੇ ਉਹਨਾਂ ਵਿੱਚੋਂ ਬਾਣੀ ਇੱਕ ਰਚਣ ਵਾਲਾ ਸੀ ਜਿਸ ਦਾ ਨਾਂ ਸੀ ਪ੍ਰਿਥੀਏ ਦਾ ਪੁੱਤਰ ਮਿਹਰਬਾਨ ਉਸਨੇ ਬੜੀ ਕੱਚੀ ਬਾਣੀ ਰਚੀ ਗੁਰੂ ਸਹਿਬਾਨਾਂ ਦੇ ਨਾਂ 'ਤੇ ਤੇ ਇੱਕ ਦਿਨ ਕੀਰਤਨ ਕਰਦਿਆਂ ਰਬਾਬੀਆਂ ਨੇ ਕੱਚੀ ਬਾਣੀ ਪੜ ਦਿੱਤੀ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪਤਾ ਲੱਗਾ ਮਹਾਰਾਜ ਨੇ ਆਖਿਆ ਇਹ ਸਾਡੀ ਹਿਆਤੀ ਵਿੱਚ ਹੀ ਕੱਚੀ ਬਾਣੀ ਤੇ ਅਸਲ ਬਾਣੀ ਵਿੱਚ ਸੇਖ ਅੰਤਰ ਨਹੀਂ ਕਰ ਸਕਦੇ ਤਾਂ ਸਾਡੀ ਮਗਰੋਂ ਕੀ ਹੋਵੇਗਾ ਸਤਗੁਰਾਂ ਨੇ ਬਾਬਾ ਬੁੱਢਾ ਪਾਈ ਗੁਰਦਾਸ ਜੀ ਦੇ ਨਾਲ ਮਿਲ ਕੇ ਸਲਾਹ ਕੀਤੀ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕੀਤੀ ਜਾਵੇ। RAM ਸਰ ਦੀ ਧਰਤੀ ਦੇ ਉੱਤੇ ਸੰਪਾਦਨਾ ਸ਼ੁਰੂ ਹੋਈ। ਪਾਈ ਗੁਰਦਾਸ ਜੀ ਲਿਖਦੇ ਸਨ ਗੁਰੂ ਅਰਜਨ ਸਾਹਿਬ ਮਹਾਰਾਜ ਉਚਾਰਦੇ ਸਨ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਾਣੀ ਲਿਖਵਾਈ। ਬਾਬਾ ਬੁੱਢਾ ਸਾਹਿਬ ਜੀ ਨੂੰ ਸੱਦਿਆ ਅਤੇ ਪੁੱਛਿਆ, "ਬਾਬਾ ਜੀ, ਸ੍ਰੀ ਆਦ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਹੋ ਚੁੱਕੀ ਹੈ। ਇਸ ਪਾਵਨ ਗ੍ਰੰਥ ਦਾ ਪ੍ਰਕਾਸ਼ ਕਿੱਥੇ ਕੀਤਾ ਜਾਵੇ?" ਤੁਸੀਂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਹੁਣ ਤੱਕ ਰੋਹਾਨੀਅਤ ਦਾ ਰੰਗ ਮਾਣਿਆ ਹੈ ਅਤੇ ਤੁਹਾਡਾ ਰੋਹਾਨੀਅਤ ਦਾ ਤਜਰਬਾ ਵੀ ਬਹੁਤ ਹੈ ਤਾਂ ਤਨ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ ਸਤਿਗੁਰੂ ਹਰਮੰਦਰ ਸਾਹਿਬ ਤੋਂ ਲਾਇਕ ਅਸਥਾਨ ਹੋਰ ਕੋਈ ਨਹੀਂ ਫੈਸਲਾ ਹੋ ਗਿਆ ਹਰਮੰਦਰ ਸਾਹਿਬ ਇੱਕੇ ਪ੍ਰਕਾਸ਼ ਹੋਣਾ ਹੈ 1604 ਈਸਵੀ ਦਾ ਦਿਨ ਸੀ ਤੇ ਸਤਗੁਰਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਕਰਨਾ ਸੀ ਮਹਾਰਾਜ ਨੇ ਸੋਚਿਆ ਕਿ ਹੁਣ ਗਰੰਥੀ ਕਿੰਨੂ ਲਾਇਆ ਜਾਵੇ ਸਤੂਗੁਰਾਂ ਦੀ ਸੁਰਤ ਫੇਰ ਬਾਬਾ ਬੁੱਢਾ ਸਾਹਿਬ ਜੀ ਵੱਲ ਗਈ ਬਾਬਾ ਬੁੱਢਾ ਸਾਹਿਬ ਜੀ ਸਮੇਤ ਸੰਗਤਾਂ ਨੇ ਇਸ਼ਨਾਨ ਕੀਤਾ ਇਸ਼ਨਾਨ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਦੇ ਸਿਰ ਦੇ ਉੱਤੇ ਬੀੜ ਰੱਖੀ ਗਈ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ ਸਤਗੁਰੂ ਮੈਂ ਅੱਗੇ ਕਿਵੇਂ ਚੱਲ ਸਕਦਾ ਹਾਂ ਮਹਾਰਾਜ ਕਹਿੰਦੇ ਬਾਬਾ ਜੀ ਤੁਸੀਂ ਅੱਜ ਅੱਗੇ ਚੱਲੋ ਅਸੀਂ ਤੁਹਾਡੇ ਪਿੱਛੇ-ਪਿੱਛੇ ਆਉਂਦੇ ਹਾਂ ਸਤਗੁਰੂ ਜੀ ਮਗਰਚੌਰ ਸਾਹਿਬ ਕਰਦੇ ਨੇ ਬਾਬਾ ਬੁੱਢਾ ਸਾਹਿਬ ਜੀ ਆਦ ਗ੍ਰੰਥ ਸਾਹਿਬ ਜੀ ਦੀ ਬੀੜ ਲੈ ਕੇ ਅੱਗੇ-ਅੱਗੇ ਤੁਰੇ ਜਾ ਰਹੇ ਨੇ ਛੱਤਰ ਝੁਲਦਾ ਹੈ ਰਸਤੇ ਵਿੱਚ ਸਿੱਖ ਪਾਣੀ ਸੁੱਟ ਕੇ ਥਾਣ ਨੂੰ ਧੁੰਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਹਰਿਮੰਦਰ ਸਾਹਿਬ ਦੇ ਅੰਦਰ ਬਾਬਾ ਬੁੱਢਾ ਜੀ ਨੇ ਪੀੜਾ ਸਾਹਿਬ ਤੇ ਟਿਕਾ ਦਿੱਤੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਖਿਆ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੈ ਸਭ ਪੰਥ ਤਨ ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਤੇ ਹੁਕਮਨਾਮ ਆਇਆ ਸੁਹੀ ਮਹੱਲਾ ਪਨੀਵਾ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਘਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਭਇਆ ਜਗ ਅੰਤਰ ਲਾਠੀ ਸਗਲੇ ਵਿਸੂਰੇ ਬਾਬਾ ਬੁੱਢਾ ਸਾਹਿਬ ਜੀ ਨੇ ਹੁਕਮਨਾਮਾ ਲਿਆ ਪੂਰੀ ਸੰਗਤ ਤ੍ਰਿਪਤ ਹੋ ਗਈ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਜਦੋਂ ਬਾਬਾ ਬੁੱਢਾ ਜੀ ਨੇ ਪੁੱਛਿਆ ਆਦ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੇ ਹੋ ਗਿਆ ਹੈ ਹੁਣ ਇਹਨਾਂ ਦਾ ਸੋਖਾਸਨ ਰਾਤ ਨੂੰ ਕਿੱਥੇ ਕਰਨਾ ਹੈ ਤਦ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਅਖਿਆ ਕੋਠਾ ਸਾਹਿਬ ਦੇ ਅੰਦਰ ਜਿੱਥੇ ਸਾਡਾ ਪਲੰਘ ਹੈ ਉਸ ਪਲੰਘ ਦੇ ਉੱਤੇ ਇਹਨਾਂ ਦਾ ਸੋਖਾਸਨ ਕਰਨਾ ਹੈ ਧੰਨ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਸਤਿਗੁਰੂ ਆਪ ਦਾਸਨ ਮਹਾਰਾਜ ਕਹਿੰਦੇ ਸਾਡਾ ਆਸਣ ਥੱਲੇ ਉੱਥੇ ਚਾਦਰ ਵਿਛਾ ਦਿਓ ਅਸੀਂ ਉੱਥੇ ਹੀ ਲੰਮੇ ਪਿਆ ਕਰਾਂਗੇ ਇਹਨਾਂ ਸਤਕਾਰ ਬਾਣੀ ਦਾ ਮਹਾਰਾਜ ਨੇ ਕੀਤਾ ਹੈ